ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਖਬਰਾਂ ਦਾ ਵਿਸ਼ੇਸ਼ ਬੁਲੇਟਿਨ ਲੈ ਕੇ ਹਾਜ਼ਰਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਸ਼ੁਰੂਆਤ ਕਰਦੇ ਹਾਂ ਲੱਖਾਂ ਕਿਸਾਨਾਂ ਦੇ ਮੌਤ ਦੇ ਵਾਰੰਟ ਤੇ ਅੱਜ ਆਖਰੀ ਦਸਖਤ ਹੋ ਗਏ ਮਾਨ ਸਰਕਾਰ ਦੇ ਵੱਲੋਂ ਸੰਸਦ ਵਿੱਚ ਪਾਸ ਕੀਤੇ ਗਏ ਖੇਤੀ ਬਿੱਲਾਂ ਤੇ ਐਤਵਾਰ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਦਸਤਖਤ ਹੋਣ ਤੋਂ ਬਾਅਦ ਭਗਵੰਤ ਮਾਨ ਨੇ ਇਸ ਨੂੰ ਕਿਸਾਨਾਂ ਦੇ ਮੌਤ ਦੇ ਵਾਰੰਟ ਕਰਾਰ ਦਿੱਤਾ ਹੈ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਟਵੀਟ ਕਰਕੇ ਕਿਹਾ ਲੱਖਾਂ ਕਿਸਾਨਾਂ ਦੇ ਮੌਤ ਦੇ ਵਾਰੰਟ ਤੇ ਅੱਜ ਆਖਰੀ ਦਸਖਤ ਹੋ ਗਏ ਵੱਡੇ ਪੂੰਜੀਪਤੀਆਂ ਨੂੰ ਇੱਕ ਹੋਰ ਤੋਹਫਾ ਮਾਡਰਨ ਈਸਟ ਇੰਡੀਆ ਕੰਪਨੀਆਂ ਨੂੰ ਹੁਣ ਕਾਨੂੰਨ ਦੇ ਜ਼ਰੀਏ ਵਾਪਸ ਕਰਨਗੀਆਂ ਭਗਵੰਤ ਮਾਨ ਨੇ ਦੋਸ਼ ਲਾਇਆ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਖੇਤੀ ਬਿੱਲਾਂ ਦੇ ਮੁੱਦੇ ਤੇ ਭਾਜਪਾ ਦੀ ਅਗਵਾਈ ਵਾਲੀ ਕੌਮੀ ਜਮਹੂਰੀ ਗੱਠਜੋੜ ਐਨਡੀਏ ਤੋਂ ਵੱਖ ਹੋਣ ਦਾ ਫੈਸਲਾ ਅਕਾਲੀ ਨੇਤਾਵਾਂ ਦਾ ਇੱਕ ਹੋਰ ਡਰਾਮਾ ਉਹਨਾਂ ਨੇ ਕਿਹਾ ਸ਼ੁਰੂ ਚੂਤਾ ਪੰਜਾਬ ਦੇ ਮੁੱਖ ਮੰਤਰੀ ਤੇ ਨਾ ਹੀ ਅਕਾਲੀ ਅਗਵਾ ਨੇ ਇਸ ਦਾ ਵਿਰੋਧ ਕੀਤਾ ਜਦੋਂ ਬਿੱਲ ਸੰਸਦ ਵਿੱਚ ਪਹੁੰਚ ਗਏ ਤਾਂ ਪੰਜਾਬ ਦੇ ਕਿਸਾਨਾਂ ਨੇ ਅੰਦੋਲਨ ਸ਼ੁਰੂ ਕਰ ਦਿੱਤੇ ਤੇ ਉਹਨਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਰਾਸ਼ਟਰਪਤੀ ਨੇ ਕਿਸਾਨ ਬਿੱਲਾਂ ਤੇ ਨਹੀਂ ਕਿਸਾਨਾਂ ਦੀ ਮੌਤ ਦੇ ਵਾਰੰਟ ਤੇ ਦਸਤਖਤ ਕੀਤੇ ਹਨ ਕਿਸਾਨ ਆਗੂ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਦੇ ਪ੍ਰਧਾਨ ਅਜਮੇਰ ਸਿੰਘ ਲਖੋਵਾਲ ਜਨਰਲ ਸਕੱਤਰ ਹਰਿੰਦਰ ਸਿੰਘ ਲਖੋਵਾਲ ਸਕੱਤਰ ਜਨਰਲ ਰਾਮਕਰਨ ਸਿੰਘ ਰਾਮਾ ਤੇ ਕਿਸਾਨ ਯੂਨੀਅਨ ਕਾਦੀਆਂ ਦੇ ਪ੍ਰਧਾਨ ਗਰਮਿਤ ਸਿੰਘ ਕਾਦੀਆ ਨੇ ਕਿਹਾ ਕਿ ਦੇਸ਼ ਦੇ ਰਾਸ਼ਟਰਪਤੀ ਨੇ ਕਿਸਾਨ ਵਿਰੋਧੀ ਬਿੱਲਾਂ ਤੇ ਦਸਖਤ ਨਹੀਂ ਕੀਤੇ ਬਲਕਿ ਕਿਸਾਨਾਂ ਦੀ ਮੌਤ ਦੇ ਵਾਰੰਟ ਤੇ ਮੋਹਰ ਲਾ ਦਿੱਤੀ ਲੱਖੋਵਾਲ ਨੇ ਦੱਸਿਆ ਕਿ 28 ਸਤੰਬਰ ਨੂੰ ਆਲਮਗੀਰ ਸਾਹਿਬ ਗੁਰਦੁਆਰਾ ਲੁਧਿਆਣਾ ਵਿਖੇ ਕਿਸਾਨ ਜਥੇਬੰਦੀਆਂ ਦੀ ਇੱਕ ਹੰਗਾਮੀ ਮੀਟਿੰਗ ਬੁਲਾ ਕੇ ਤਿੱਖੇ ਅੰਦੋਲਨ ਦਾ ਵਿਗਲ ਵਜਾ ਦਿੱਤਾ ਜਾਵੇਗਾ ਇਸ ਤੋਂ ਨਿਕਲਣ ਵਾਲੇ ਨਤੀਜਿਆਂ ਲਈ ਸਿੱਧੇ ਤੌਰ ਤੇ ਮੋਦੀ ਸਰਕਾਰ ਜ਼ਿੰਮੇਵਾਰ ਹੋਵੇਗੀ ਪੰਜਾਬ ਵਿੱਚ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 3200 ਤੋਂ ਪਾਰ ਅੱਜ ਪੰਜਾਹ ਮੌਤਾਂ 1458 ਨਵੇਂ ਮਰੀਜ਼ ਪੰਜਾਬ ਦੇ ਵਿੱਚ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 3200 ਤੋਂ ਪਾਰ ਹੋ ਗਈ ਐਤਵਾਰ ਸ਼ਾਮ ਨੂੰ ਜਾਰੀ ਕੀਤੇ ਗਏ ਸਿਹਤ ਵਿਭਾਗ ਦੇ ਬੁਲੇਟਿਨ ਦੇ ਅਨੁਸਾਰ 24 ਘੰਟਿਆਂ ਦੌਰਾਨ 14 ਜ਼ਿਲ੍ਹਿਆਂ ਚੋਂ ਪੰਜਾਹ ਮਰੀਜ਼ ਦਮ ਤੋੜ ਕੇ ਜਿਨ੍ਹਾਂ ਵਿੱਚੋਂ ਲੁਧਿਆਣਾ ਤੋਂ ਨੌ ਮੌਤਾਂ ਹੋਈਆਂ ਮਰਨ ਵਾਲਿਆਂ ਵਿੱਚ ਲੁਧਿਆਣਾ 9 ਜਲੰਧਰ 8 ਪਟਿਆਲਾ 6 ਅਮਰਤਸਰ 5 ਪਠਾਨਕੋਟ 5 ਹੁਸ਼ਿਆਰਪੁਰ 3 ਰੂਪੜ 3 ਫਤਿਹਗੜ੍ਹ ਸਾਹਿਬ 2 ਗਰਦਾਸਪੁਰ 2 ਨਵਾਂ ਸ਼ਹਿਰ ਤਰਨਤਾਰਨ 2 ਮਾਨਸਾ ਮੋਗਾ ਸੰਗਰੂਰ ਤੋਂ 1-1 ਸ਼ਾਮਲ ਹੈ ਸੋਨੀ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜਨਮ ਸਥਾਨ ਗੁਰਦੁਆਰਾ ਗੁਰੂ ਕਾ ਮਹਿਲ ਲਈ 60 ਲੱਖ ਰੁਪਏ ਦੇਣ ਦਾ ਲਾਨ ਇਸ ਵੇਲੇ ਦੀ ਵੱਡੀ ਖਬਰ ਹੈ ਖਬਰ ਵੱਲ ਰੁੱਖ ਕਰਨ ਤੋਂ ਪਹਿਲਾਂ ਨਿੱਕੀ ਜੀ ਬੇਨਤੀ ਆ ਜੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਦੋਸਤੋ ਤੁਹਾਡਾ ਇੱਕ ਇੱਕ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਸਾਡੇ ਲਈ ਬਹੁਤ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਗੁਰਦੁਆਰੇ ਨੂੰ ਜਾਂਦੇ ਸਾਰੇ ਰਸਤਿਆਂ ਤੇ ਚੌਂਕਾਂ ਦੀ ਬਦਲੇਗੀ ਤਸਵੀਰ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓਪੀ ਸੋਨੀ ਨੇ ਅੱਜ ਹਿੰਦ ਦੀ ਚਾਦਰ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਦਾ 400 ਸਾਲਾ ਪ੍ਰਕਾਸ਼ਵਰਾ ਪੰਜਾਬ ਸਰਕਾਰ ਮਨਾ ਰਹੀ ਆ ਦੇ ਆਲੇ ਦੁਆਲੇ ਕੀਤੇ ਜਾਣ ਵਾਲੇ ਕੰਮਾਂ ਦਾ ਜਾਇਜ਼ਾ ਜ਼ਿਲ੍ਹਾ ਅਧਿਕਾਰੀਆਂ ਦੇ ਨਾਲ ਪਹੁੰਚ ਕੇ ਲਿਆ ਉਹਨਾਂ ਨੇ ਮੇਅਰ ਕਰਮਜੀਤ ਸਿੰਘ ਰਿੰਟੂ ਡਿਪਟੀ ਕਮਿਸ਼ਨਰ ਗੁਰਪ੍ਰੀਤ ਖੈਰਾ ਆਦ ਦੇ ਨਾਲ ਪਤਵੰਤੇ ਵੀ ਹਾਜ਼ਰ ਹਨ ਸੋਨੀ ਨੇ ਕਿਹਾ ਕਿ ਸਾਰੇ ਅਧਿਕਾਰੀਆਂ ਦੇ ਨਾਲ ਗੁਰਦੁਆਰਾ ਗੁਰੂ ਕਾ ਮਹਿਲ ਪਹੁੰਚ ਕੇ ਮੱਥਾ ਟੇਕਿਆ ਉੱਥੇ ਗੁਰਦੁਆਰਾ ਪ੍ਰਬੰਧਕਾਂ ਦੇ ਨਾਲ ਮੀਟਿੰਗ ਕੀਤੀ ਸੋਨੀ ਨੇ ਗੁਰਦੁਆਰਾ ਸਾਹਿਬ ਨੂੰ ਜਾਂਦੇ ਰਸਤੇ ਦੇ ਉੱਤੇ ਗੇਟ ਬਣਾਉਣ ਦੇ ਲਈ 10 ਲੱਖ ਰੁਪਏ ਤੇ ਹੋਰ ਕੰਮਾਂ ਦੇ ਲਈ 50 ਲੱਖ ਰੁਪਏ ਖਰਚ ਕਰਨ ਦਾ ਐਲਾਨ ਕੀਤਾ ਗੁਰਦੁਆਰਾ ਪ੍ਰਬੰਧਕਾਂ ਦੇ ਵੱਲੋਂ ਬਾਬਾ ਸਤਨਾਮ ਸਿੰਘ ਨੇ ਸੋਨੀ ਅਤੇ ਹੋਰ ਅਧਿਕਾਰੀਆਂ ਨੂੰ ਸਿਰ ਪਾਉ પા ਕੇ ਸਨਮਾਨਿਤ ਕੀਤਾ ਸੋਨੀ ਨੇ ਦੱਸਿਆ ਕਿ ਪੰਜਾਬ ਸਰਕਾਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੂਰਵ ਨੂੰ ਬੜੀ ਸ਼ਰਧਾ ਦੇ ਨਾਲ ਮਨਾ ਰਹੀ ਹੈ ਖੇਤੀ ਬਿੱਲਾਂ ਤੇ ਰਾਸ਼ਟਰਪਤੀ ਦੀ ਮਨਜ਼ੂਰੀ ਮੰਦਭਾਗਾ ਤੇ ਦੁਖਦਾਇਕ ਕੈਪਟਨ ਸੁਖਬੀਰ ਵੱਲੋਂ ਹੀ ਤੋਹਫੇ ਵਿੱਚ ਦਿੱਤੇ ਕਾਨੂੰਨਾਂ ਨੂੰ ਹੁਣ ਲੋਕਤੰਤਰ ਲਈ ਕਾਲਾ ਦਿਨ ਆਖਣ ਦੀ ਕੀਤੀ ਲੋਚਨਾ ਨਵੇਂ ਖੇਤੀ ਬਿੱਲਾਂ ਨੂੰ ਰਾਸ਼ਟਰਪਤੀ ਵੱਲੋਂ ਸਹਿਮਤੀ ਦਿੱਤੇ ਜਾਣ ਨੂੰ ਮੰਦਭਾਗਾ ਤੇ ਦੁਖਦਾਇਕ ਇਕਰਾਰ ਦਿੰਦੇ ਆ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਤਵਾਰ ਨੂੰ ਕਿਹਾ ਕਿ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨ ਲਈ ਉਹਨਾਂ ਦੀ ਸਰਕਾਰ ਸੂਬਾਈ ਕਾਨੂੰਨਾਂ ਤੇ ਸੰਭਵ ਸੋਧਵਿਤ ਕਰਨ ਵਿਚਾਰੇ ਸਾਰੇ ਪਹਿਲੂਆਂ ਦੀ ਕੋਖ ਕਰ ਰਹੀ ਆ ਮੁੱਖ ਮੰਤਰੀ ਨੇ ਕਿਹਾ ਕਿ ਅਗਲਾ ਰਸਤਾ ਅਖਤਿਆਰ ਕਰਨਾ ਕਿਸੇ ਵੀ ਫੈਸਲੇ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਤੇ ਹੋਰ ਭਾਈਵਾਲਾਂ ਨੂੰ ਭਰੋਸੇ ਵਿੱਚ ਲਿਆ ਜਾਵੇਗਾ ਉਹਨਾਂ ਨੇ ਕਿਹਾ ਸੂਬਾ ਸਰਕਾਰ ਫਸਲਾਂ ਦੀ ਕੀਮਤ ਦਾ ਸਮਝੌਤਾ ਕੀਤੇ ਬਿਨਾ ਕਿਸਾਨਾਂ ਦਾ ਇੱਕ ਇੱਕ ਦਾਣਾ ਖਰੀਦਣ ਦੇ ਲਈ ਵਚਨਬੱਧ ਹੈ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਵੱਡੀ ਪੱਧਰ ਤੇ ਭਾਜਪਾਆਂ ਦੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਦੇ ਚਰਚੇ ਅਕਾਲੀ ਦਲ ਤੇ ਭਾਜਪਾ ਆਗੂਆਂ ਵਿਚਾਲੇ ਗੁਪਤ ਮੀਟਿੰਗਾਂ ਸ਼ੁਰੂ ਕਿਸਾਨ ਵਿਰੋਧੀ ਖੇਤੀ ਬਿੱਲ ਜਿੱਥੇ ਕਿਸਾਨਾਂ ਨੂੰ ਵੱਡੀ ਪੱਧਰ ਤੇ ਨੁਕਸਾਨ ਦੇਣ ਵਾਲਾ ਹੈ ਉੱਥੇ ਹੀ ਕਿਸਾਨ ਵਿਰੋਧੀ ਬਿੱਲਾਂ ਦੇ ਕਾਰਨ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਭਾਜਪਾ ਨਾਲੋਂ ਗੱਠਜੋੜ ਤੋੜ ਕੇ ਕਿਸਾਨ ਹਤੈਸੀ ਹੋਣ ਦਾ ਸਬੂਤ ਦਿੱਤਾ ਗਿਆ ਹੈ ਉੱਥੇ ਹੀ ਇਹ ਗੱਲ ਇਸ ਬਿੱਲਾਂ ਦੇ ਕਾਰਨ ਅਕਾਲੀ ਭਾਜਪਾ ਗੱਠ ਟੁੱਟ ਗੱਠ ਜੋੜ ਟੁੱਟਣ ਤੋਂ ਬਾਅਦ ਵੱਡੀ ਗਿਣਤੀ ਦੇ ਵਿੱਚ ਭਾਜਪਾ ਦੇ ਪਾਰਟੀ ਨੂੰ ਅਲविदा ਕਹਿਣ ਦੇ ਨਾਲ ਅਕਾਲੀ ਦਲ ਬਾਦਲ ਵਿੱਚ ਸ਼ਾਮਲ ਹੋਣ ਦੀਆਂ ਕਨਸੂਹਾਂ ਚੱਲ ਰਹੀਆਂ ਹਨ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਹੈ ਖੱਟਕੜ ਕਲਾਂ ਦੇ ਧਰਨੇ ਦੀ ਸ਼ੁਰੂਆਤ ਕਰੇਗੀ ਕਾਂਗਰਸ ਅਮਰਿੰਦਰ ਤੇ ਰਾਬਤ ਹੋਣਗੇ ਧਰਨੇ ਵਿੱਚ ਸ਼ਾਮਲ ਹੋ ਸੋ ਦੋਸਤੋ ਤੁਹਾਨੂੰ ਲੱਗਦਾ ਹੈ ਕਾਂਗਰਸ ਦੇ ਇਸ ਤਰਨੇ ਦੇ ਨਾਲ ਮੋਦੀ ਸਰਕਾਰ ਤੇ ਕੋਈ ਅਸਰ ਹੋਏਗਾ ਜਾਂ ਨਹੀਂ ਤੁਸੀਂ ਆਪਣੇ ਵਿਚਾਰ ਇਸ ਜਾਂ ਨੋ ਵਿੱਚ ਕਮੈਂਟ ਸੈਕਸ਼ਨ ਚ ਦੇ ਸਕਦੇ ਹੋ ਕਿਸਾਨੀ ਮੁੱਦੇ ਤੇ ਕਾਂਗਰਸ ਪਾਰਟੀ ਅੱਜ ਤੋਂ ਆਪਣਾ ਵੱਡਾ ਅੰਦੋਲਨ ਸ਼ੁਰੂ ਕਰਨ ਜਾ ਰਹੀ ਹੈ ਜਿਸ ਦੀ ਸ਼ੁਰੂਆਤ ਸ਼ਹੀਦ ਭਗਤ ਸਿੰਘ ਨੂੰ ਖਟਕੜ ਕਲਾਂ ਵਿਖੇ ਸ਼ਰਧਾਂਜਲੀ ਦੇਣ ਤੋਂ ਬਾਅਦ ਕੀਤੀ ਜਾਵੇਗੀ ਸਾਰੇ ਅੰਦੋਲਨ ਨੂੰ ਖੁਦ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਸ਼ੁਰੂ ਕਰਨਗੇ ਤਾਂ ਜੋ ਇਸ ਵਿੱਚ ਭਾਗ ਲੈਣ ਲਈ ਪੰਜਾਬ ਕਾਂਗਰਸ ਦੇ ਪਵਾਰੀ ਅਰੀਸ਼ रावत ਮੁਖ ਤੌਰ ਤੇ ਚੰਡੀਗੜ੍ਹ ਵਿਖੇ ਪੁੱਜ ਗਏ ਹਨ ਖਟਕੜ ਕਲਾਂ ਤੋਂ ਧਰਨਾ ਸ਼ੁਰੂ ਕਰਨ ਤੋਂ ਬਾਅਦ रावत ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਚੰਡੀਗੜ੍ਹ ਵਿਖੇ ਪੁੱਜਣਗੇ ਤੇ ਕਾਂਗਰਸ ਭਵਨ ਵਿਖੇ ਕੈਬਨਟ ਮੰਤਰੀਆਂ ਸਣੇ ਕਾਂਗਰਸੀ ਵਿਧਾਇਕਾਂ ਦੇ ਨਾਲ ਮੀਟਿੰਗ ਕਰਨਗੇ ਜਿਸ ਵਿੱਚ ਭਵਿੱਖ ਵਿੱਚ ਅੰਦੋਲਨ ਨੂੰ ਲੈ ਕੇ ਆਦੇਸ਼ ਜਾਰੀ ਕੀਤਾ ਜਾਵੇਗਾ ਇੱਥੇ ਹੀ ਪ੍ਰੈਸ ਕਾਨਫਰੰਸ ਕਰਦੇ ਜਨਤਾ ਅੱਗੇ ਆਪਣਾ ਪ੍ਰੋਗਰਾਮ ਵੀ ਕੈਪਟਨ ਅਮਰਿੰਦਰ ਸਿੰਘ ਤੇ ਹਰੀਸ਼ रावत ਵੱਲੋਂ ਰੱਖਿਆ ਜਾਵੇਗਾ ਜਾਣਕਾਰੀ ਦੇ ਅਨੁਸਾਰ ਕਿਸਾਨੀ ਬਿੱਲਾਂ ਤੇ ਪੱਕੀ ਹੋਈ ਸਿਆਸਤ ਵਿੱਚ ਹਰ ਸਿਆਸੀ ਪਾਰਟੀ ਆਪਣੇ ਆਪ ਨੂੰ ਸਭ ਤੋਂ ਵੱਧ ਕਿਸਾਨ ਪੱਖੀ ਸਾਬਤ ਕਰਨ ਵਿੱਚ ਲੱਗੀ ਹੋਈ ਆ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੇਂਦਰੀ ਮੰਤਰੀ ਮੰਡਲ ਵਿੱਚੋਂ ਬੀਬਾ ਬਾਦਲ ਦਾ ਅਸਤੀਫਾ ਦਿਵਾਉਣ ਮਗਰੋਂ ਐਨਡੀਆ ਤੋਂ ਬਾਹਰ ਜਾਣ ਦਾ ਫੈਸਲਾ ਬਾਕੀ ਸਿਆਸੀ ਪਾਰਟੀਆਂ ਨੂੰ ਕਾਫੀ ਜ਼ਿਆਦਾ ਸੱਟ ਮਾਰ ਗਿਆ ਹੈ। ਸੂਬੇ ਵਿੱਚ ਖਰੀਦ ਦੇ ਪਹਿਲੇ ਦਿਨ 3590 ਮੀਟਰਕ ਟਨਾਂ ਝੋਨੇ ਦੀ ਖਰੀਦ ਹੋਈ ਆਸ਼ੂ ਪੰਜਾਬ ਰਾਜ ਵਿੱਚ ਅੱਜ ਝੋਨੇ ਦੀ ਖਰੀਦ ਪਹਿਲੇ ਦਿਨ ਸਰਕਾਰੀ ਏਜੰਸੀਆਂ ਵੱਲੋਂ 3590 ਮੀਟਰ ਕਟਨ ਖਰੀਦ ਕੀਤੀ ਗਈ ਇਹ ਸੂਬੇ ਦੇ 10 ਜ਼ਿਲ੍ਹਿਆਂ ਦੇ ਵਿੱਚ ਕੀਤੀ ਗਈ ਹੈ ਜਿਨ੍ਹਾਂ ਵਿੱਚ ਝੋਨੇ ਦੀ ਆਮਦ ਸ਼ੁਰੂ ਹੋ ਗਈ ਹੈ ਕਾਲੇ ਕਾਨੂੰਨਾਂ ਵਿਰੁੱਧ ਸਰਪਾਰਟੀ ਬੈਠਕ ਬੁਲਾਉਣ ਮੁੱਖ ਮੰਤਰੀ ਹਰਪਾਲ ਚੀਵਾ ਮੋਦੀ ਕੈਬਨਿਟ ਚ ਖੇਤੀ ਬਿੱਲਾਂ ਵਿਰੁੱਧ ਵਾਲੇ ਮੈਂਟਸ ਜਨਤਾ ਕਰੇ ਬਾਦਲ ਪਰਵਾਰ ਆਪ ਆਮ ਆਦਮੀ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਖੇਤੀ ਬਾਰੇ ਕਾਨੂੰਨਾ ਬਾਰੇ ਕੇਂਦਰੀ ਕਾਲੇ ਕਾਨੂੰਨਾ ਵਿਰੁੱਧ ਅਗਲੀ ਰਣਨੀਤੀ ਬਣਾਉਣ ਦੇ ਲਈ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਸਰਬ ਪਦਲੀ ਆਲ ਪਾਰਟੀ ਬੈਠਕ ਬਣਾਉਣ ਦੀ ਮੀਟਿੰਗ ਕੀਤੀ ਹੈ ਜਿਸ ਵਿੱਚ ਕਿਸਾਨ ਅਤੇ ਮਜ਼ਦੂਰ ਯੂਨੀਅਨਾਂ ਦੇ ਨੁਮਾਇੰਦੇ ਆੜਤੀਏ ਵਪਾਰੀਆਂ ਦੇ ਨੁਮਾਇੰਦੇ ਖੇਤੀ ਅਤੇ ਆਰਥਿਕ ਮਹਾਰਾ ਨੂੰ ਵੀ ਸ਼ਾਮਲ ਕੀਤਾ ਜਾਵੇਗਾ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਬਾਦਲ ਪਰਿਵਾਰ ਦੀਆਂ ਦੋਗਲੀਆਂ ਚਾਲਾਂ ਨੇ ਮੋਦੀ ਸਰਕਾਰ ਦੀ ਇਸ ਹੱਦ ਤੱਕ ਜਾਣ ਤੱਕ ਹਿੰਮਤ ਵਧਾਈ ਹੈ ਜੇਕਰ ਸੱਚੀ ਸੁੱਚੀ ਨiyet ਨਾਲ ਕੈਪਟਨ ਖੇਤੀ ਬਿੱਲਾਂ ਬਾਰੇ ਗਠਿਤ ਕੇਂਦਰੀ ਹਾਈ ਪਾਵਰ ਕਮੇਟੀ ਤੇ ਚੁੱਪਚਾਪੀ ਤੇ ਸਹਿਮਤੀ ਨਾ ਦਿੰਦੇ ਤਾਂ ਬਾਦਲ ਪਰਿਵਾਰ ਪਹਿਲੇ ਦਿਨ ਹੀ ਲਕੀਰ ਖਿੱਚ ਕੇ ਇਹਨਾਂ ਮਾਰੂ ਆਰਡੀਨਸਾਂ ਦਾ ਵਿਰੋਧ ਕਰਦਾ ਤੇ ਕਿਸਾਨੀ ਸੰਘਰਸ਼ ਤੇ ਇੱਕ ਜੁੱਟ ਤੇ ਇੱਕ ਸੂਰ ਹੋ ਕੇ ਸ਼ੁਰੂ ਤੋਂ ਹੀ ਇਹਨਾਂ ਮਜ਼ਬੂਤ ਬਣਾ ਜਾਂਦੇ ਕਿ ਮੋਦੀ ਸਰਕਾਰ ਦੀ ਹਿੰਮਤ ਹੀ ਨਹੀਂ ਪੈਣੀ ਸੀ ਪੰਜਾਬ ਵਿੱਚ ਆਉਣ ਵਾਲੇ ਮੁਸਾਫਰਾਂ ਨੇ ਮੁਸਾਫਰਾਂ ਲਈ ਸਰਕਾਰ ਨੇ ਜਾਰੀ ਕੀਤੇ ਨਵੇਂ ਦਿਸ਼ਾ ਨਿਰਦੇਸ਼ ਵਿਦੇਸ਼ਾਂ ਤੋਂ ਪੰਜਾਬ ਆਉਣ ਵਾਲੇ ਮੁਸਾਫਰਾਂ ਦੇ ਲਈ ਸਰਕਾਰ ਨੇ ਕਰੋਨਾ ਤੋਂ ਬਚਾਅ ਸਬੰਧੀ ਨਵੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ ਇਨ੍ਹਾਂ ਹਦਾਇਤਾਂ ਦੇ ਤਹਿਤ ਕੁਮਾਂਤਰੀ ਮੁਸਾਫਰ ਜਿਹੜੇ ਹਵਾਈ ਜਾਂ ਸੜਕ ਆਵਾਜਾਈ ਜਰੀਏ ਪੰਜਾਬ ਆਉਣਗੇ ਲਈ ਵੈੱਬਸਾਈਟ ਤੇ ਸਵੈ ਘੋਸ਼ਣਾ ਪੱਤਰ ਜਿਸ ਵਿੱਚ ਉਹਨਾਂ ਦੇ ਵਿਅਕਤੀਗਤ ਅਤੇ ਸਿਹਤ ਸਬੰਧੀ ਵੇਰਵੇ ਸ਼ਾਮਲ ਹੋਣਗੇ ਅਪਲੋਡ ਕਰਨਗੇ ਤੇ ਇੱਕ ਕਾਪੀ ਸੂਬਾ ਅਧਿਕਾਰੀ ਨੂੰ ਸੌਂਪਣਗੇ ਦਾਖਲੇ ਵਾਲੀ ਥਾਂ ਤੇ ਉਹਨਾਂ ਦੇ ਸਿਹਤ ਪ੍ਰੋਟੋਕੋਲ ਮੁਤਾਬਕ ਸਕਰੀਨਿੰਗ ਕੀਤੀ ਜਾਵੇਗੀ 1 ਅਕਤੂਬਰ ਤੋਂ ਗੱਡੀ ਵਿੱਚ ਪੇਪਰ ਰੱਖਣ ਦੀ ਜ਼ਰੂਰਤ ਨਹੀਂ ਲਾਗੂ ਹੋਵੇਗਾ ਇਹ ਨਵਾਂ ਨਿਯਮ ਸੋ ਤੁਹਾਨੂੰ ਵਾਹਨ ਚਲਾਉਂਦੇ ਸਮੇਂ ਡਰਾਈਵਿੰਗ ਲਾਇਸੈਂਸ ਆਰ ਸੀ ਬੀਮਾ ਪ੍ਰਦੂਸ਼ਣ ਪ੍ਰਮਾਣ ਪੱਤਰ ਦਸਤਾਵੇਜ਼ ਰੱਖਣ ਵਰਗੇ ਜਿਹੜੇ 10 ਤਵੇਜ ਇਹਨਾਂ ਦੀ ਰੱਖਣ ਦੀ ਹੁਣ ਜ਼ਰੂਰਤ ਨਹੀਂ ਕਿਉਂ ਨਹੀਂ ਜ਼ਰੂਰਤ ਇਸ ਦੇ ਸੰਬੰਧੀ ਚੈਨਲ ਵਿੱਚ ਇੱਕ ਵੀਡੀਓ ਅਪਲੋਡ ਕੀਤੀ ਗਈ ਹੈ ਜੀ ਤੁਸੀਂ ਆਈ ਬਟਨ ਤੇ ਚੈਨਲ ਵੀਡੀਓਸ ਤੇ ਇਸ ਵੀਡੀਓ ਨੂੰ ਖਤਮ ਹੋਣ ਤੋਂ ਬਾਅਦ ਜਾ ਕੇ ਦੇਖ ਸਕਦੇ ਹੋ ਰਾਸ਼ਟਰਪਤੀ ਵੱਲੋਂ ਖੇਤੀ ਅਤੇ ਜੰਮੂ ਕਸ਼ਮੀਰ ਬਿੱਲਾਂ ਨੂੰ ਮਨਜ਼ੂਰੀ ਦੇਣਾ ਦੁਖਦ ਤੇ ਮੰਦਪਾਗਾ ਸੁਖਬੀਰ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਰਾਸ਼ਟਰਪਤੀ ਵੱਲੋਂ ਤਿੰਨ ਖੇਤੀ ਬਿੱਲਾਂ ਤੇ ਜੰਮੂ ਕਸ਼ਮੀਰ ਵਿੱਚ ਪੰਜਾਬੀ ਨੂੰ ਦਰਬਾਰੀ ਪਾਸ਼ਾ ਵੱਜੋਂ ਬਾਹਰ ਕਰਨ ਦੇ ਬਿੱਲਾਂ ਨੂੰ ਮਨਜ਼ੂਰੀ ਦੇਣਾ ਖੁਦ ਦੁੱਖਤ ਤੇ ਬਹੁਤ ਮੰਦਪਾਗਾ اقرار ਦਿੱਤਾ ਹੈ ਇਹ ਜਾਰੀ ਬਿਆਨ ਦੇ ਵਿੱਚ ਸੁਖਬੀਰ ਬਾਦਲ ਨੇ ਕਿਹਾ ਕਿ ਇਹ ਸਾਰੇ ਦੇਸ਼ ਦੇ ਵਾਸਤੇ ਕਾਲਾ ਦਿਨ ਹੈ ਜਦੋਂ ਰਾਸ਼ਟਰਪਤੀ ਨੇ ਦੇਸ਼ ਦੀ ਜ਼ਮੀਰ ਦੀ ਆਵਾਜ਼ ਬਣਨ ਤੋਂ ਨਾ ਕਰ ਦਿੱਤੀ ਉਹਨਾਂ ਨੇ ਕਿਹਾ ਸਾਨੂੰ ਆਸ ਸੀ ਕਿ ਮਾਣਯੋਗ ਰਾਸ਼ਟਰਪਤੀ ਅਕਾਲੀ ਦਲ ਤੇ ਕੁਝ ਹੋਰ ਵਿਰੋਧੀ ਪਾਰਟੀਆਂ ਵੱਲੋਂ ਮੰਗ ਦੇ ਅਨੁਸਾਰ ਇਹ ਬਿੱਲਾਂ ਨੂੰ ਮੁੜ ਵਿਚਾਰ ਦੇ ਲਈ ਸੰਸਦ ਵਿੱਚ ਭੇਜਣਗੇ ਪਰ ਐਸਾ ਕੁਝ ਨਹੀਂ ਹੋਇਆ ਸਾਨੂੰ ਕਮਜ਼ੋਰ ਨਾ ਸਮਝੇ ਅਕਾਲੀ ਦਲ 117 ਸੀਟਾਂ ਤੇ ਲੜਨ ਦੇ ਲਈ ਤਿਆਰ ਭਾਜਪਾ ਸ਼ਰਮਣੀਆਂ ਅਕਾਲੀ ਦਲ ਵੱਲੋਂ ਐਨਡੀਏ ਤੋਂ ਬਾਹਰ ਹੋਣ ਤੋਂ ਬਾਅਦ ਭਾਜਪਾ ਨੇ ਵੀ ਸ਼ਰਮਣੀਆਂ ਅਕਾਲੀ ਦਲ ਨੂੰ ਅੱਖ ਦਿਖਾਉਂਦੇ ਹੋਏ ਸਾਫ਼ ਕਹਿ ਦਿੱਤਾ ਕਿ ਉਹ ਉਹਨਾਂ ਨੂੰ ਕਮਜ਼ੋਰ ਨਾ ਸਮਝਿਆ ਜਾਵੇ ਕਿਉਂਕਿ ਭਾਜਪਾ ਦਾ ਪੰਜਾਬ ਦੇ ਸ਼ਹਿਰੀ ਇਲਾਕਿਆਂ ਵਿੱਚ ਨਹੀਂ ਸਗੋਂ ਪਿੰਡਾਂ ਦੇ ਵਿੱਚ ਵੀ ਆਧਾਰ ਹੈ ਤੇ ਆਉਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ 117 ਸੀਟਾਂ ਤੋਂ ਭਾਜਪਾ ਲੜੇਗੀ ਜਿਸ ਵਿੱਚ ਭਾਜਪਾ ਵਿੱਚ ਵੱਡਾ ਉਲਟਫੇਰ ਕਰ ਸਕਦੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਹਮਲਾ ਸਾਬਕਾ ਮੰਤਰੀ ਅਤੇ ਭਾਜਪਾ ਦੇ ਲੀਡਰ ਮੋਹਨ ਮਿੱਤਲ ਅਤੇ ਮਾਸਟਰ ਮੋਹਨ ਲਾਲ ਨੇ ਕੀਤਾ ਹੈ ਕਰੋਨਾ ਇਨਫੈਕਸ਼ਨ ਦੇ ਖੋਫ ਕਾਰਨ ਇਸ ਸਾਲ ਦੇ ਆਖਰ ਤੱਕ ਵੀ ਟ੍ਰੇਨਾਂ ਦਾ ਸੰਚਾਲਨ ਨਹੀਂ ਹੋਵੇਗਾ ਆਮ ਕਰੋਨਾ ਇਨਫੈਕਸ਼ਨ ਦੇ ਖੋਪ ਵਿੱਚ ਇਸ ਸਾਲ ਦੇ ਅੰਤ ਤੱਕ ਵੀ ਟ੍ਰੇਨਾਂ ਦਾ ਸੰਚਾਲਨ ਆਮ ਹੋਣ ਦੀ ਸੰਭਾਵਨਾ ਨਹੀਂ ਨਵੇਂ ਸਾਲ 2021 ਵਿੱਚ ਸਾਰੀਆਂ 13500 ਟ੍ਰੇਨਾਂ ਦੇ ਪੱਟੜੀਆਂ ਤੇ ਦੌੜਨ ਦਾ ਅਨੁਮਾਨ ਹੈ ਹਾਲਾਕਿ ਆਗਾਮੀ ਤਿਹਾੜੀ ਸੀਜ਼ਨ ਤੋਂ ਪਹਿਲਾਂ ਭਾਰਤੀ ਰੇਲਵੇ ਨੇ 100 ਵਾਧੂ ਜੋੜੀ ਵਾਧੂ ਟ੍ਰੇਨਾਂ ਚਲਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਭਾਰਤੀ ਰੇਲਵੇ ਅਨੁਸਾਰ ਚਾਕ ਕੇ ਵੀ ਪੂਰੀ ਤਰ੍ਹਾਂ ਬਹਾਲ ਕਰਨ ਵਿੱਚ ਖੁਦ ਨੂੰ ਆਸਮਰੱਥ ਪਾ ਰਹੀ ਹੈ ਤੇ ਜਿਨ੍ਹਾਂ ਸੂਬਿਆਂ ਵਿੱਚ ਕਰੋਨਾ ਦਾ ਕਹਿਰ ਵਧਦਾ ਜਾ ਰਿਹਾ ਉੱਥੋਂ ਹੋ ਕੇ ਟ੍ਰੇਨਾਂ ਦੇ ਗੁਜ਼ਰਨ ਤੇ ਵੀ ਪੂਰੀ ਛੋੜ ਨਹੀਂ ਰੇਲਵੇ ਬੋਰਡ ਵਿੱਚ ਚੇਅਰਮੈਨ ਵਿਨੋਦ ਕੁਮਾਰ ਯਾਦਵ ਨੇ ਦੱਸਿਆ ਕਿ ਫਿਲਹਾਲ ਜਿੰਨੀਆਂ ਟ੍ਰੇਨਾਂ ਚੱਲ ਰਹੀਆਂ ਹਨ ਇਹਨਾਂ ਵਿੱਚੋਂ ਕੁਝ ਰੂਟਾਂ ਤੇ ਯਾਤਰੀਆਂ ਦੀ ਗਿਣਤੀ ਤਸੱਲੀ ਬਖਸ਼ ਨਹੀਂ ਫਰੂਜ਼ਪੁਰ ਵਿੱਚ 250 ਕਰੋੜ ਦੀ ਲਾਗਤ ਨਾਲ ਬਣੇਗਾ ਬਾਈਪਾਸ ਸ਼੍ਰੀ ਮੁਕਤਸਰ ਸਾਹਿਬ ਵਾਲੀ ਸੜਕ ਵੀ ਹੋਵੇਗੀ 10 ਮੀਟਰ ਚੌੜੀ ਸ਼ਹਿਰ ਵਾਸੀਆਂ ਦੇ ਲਈ ਵਧੀਆ ਟ੍ਰੈਫਿਕ ਸਹੂਲਤਾਂ ਮਹੱਈਆ ਕਰਵਾਉਣ ਦੇ ਲਈ ਸੜਕਾਂ ਅਤੇ ਵੱਡੇ ਪ੍ਰੋਜੈਕਟ ਲਿਆਂਦੇ ਜਾ ਰਹੇ ਹਨ ਜਿਸ ਸੰਬੰਧੀ ਜਾਣਕਾਰੀ ਦਿੰਦੇ ਆ ਵਿਧਾਇਕ ਫਰੂਜ਼ਪੁਰ ਸ਼ਹਿਰੀ ਪਰਮਿੰਦਰ ਸਿੰਘ ਪਿੰਕੀ ਨੇ ਦੱਸਿਆ ਕਿ ਆਰਫਕੇ ਤੋਂ ਲੈ ਕੇ ਉਤਬੇ ਵਾਲੇ ਤੱਕ ਕਰੀਬ 54 ਕਰੋੜ ਦੀ ਲਾਗਤ ਨਾਲ ਸੜਕ ਤਿਆਰ ਕੀਤੀ ਜਾਵੇਗੀ ਜੋ ਕਿ 10 ਮੀਟਰ ਚੌੜੀ ਹੋਵੇਗੀ ਉਹਨਾਂ ਨੇ ਦੱਸਿਆ ਕਿ ਇਸ ਦੇ ਨਾਲ 175 ਕਰੋੜ ਦੀ ਲਾਗਤ ਨਾਲ ਸੂਬਾ ਕਦੀਮ ਕਰਿਆ ਪਹਿਲਵਣ ਖਲਚੀਆਂ ਜਦੀਦ ਸੂਬਾ ਕਾਹਨਚੰਦ ਹਾਂਜੀ ਸ਼ਿਵਾ ਫੱਤੂ ਵਾਲਾ ਆਦ ਪਿੰਡਾਂ ਤੋਂ ਹੁੰਦਾ ਹੋਇਆ ਫਰੂਜ਼ਪੁਰ ਬਾਈਪਾਸ ਤਿਆਰ ਕੀਤਾ ਜਾਵੇਗਾ ਸ਼ੋਸ਼ੀਰੀ ਮੁਕਸਰ ਸਾਹਿਬ ਰੋਡ ਦੇ ਨਾਲ ਮਿਲੇਗਾ ਉਹਨਾਂ ਨੇ ਕਿਹਾ ਚੋਣਾ ਦੌਰਾਨ ਫਰੂਜ਼ਪੁਰ ਬਾਈਪਾਸ ਬਣਾਉਣ ਦਾ ਵਾਅਦਾ ਕੀਤਾ ਸੀ ਜਿਸ ਨੂੰ ਜਲਦੀ ਪੂਰਾ ਕੀਤਾ ਜਾਵੇਗਾ ਤੇ ਪਿੰਕੀ ਨੇ ਦੱਸਿਆ ਕਿ ਨਾਲ ਹੀ ਵੱਡੇ ਪ੍ਰੋਜੈਕਟ ਹੈ ਜਿਸ ਵਿੱਚ 250 ਕਰੋੜ ਦੀ ਲਾਗਤ ਨਾਲ ਸ਼੍ਰੀ ਮੁਕਤਸਰ ਸਾਹਿਬ ਵਾਲੀ ਸੜਕ ਨੂੰ ਵੀ 10 ਮੀਟਰ ਚੌੜਾ ਕੀਤਾ ਜਾਵੇਗਾ ਡਾਕਟਰ ਫਾਰੂਕ ਅਬਦੁੱਲਾ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਖੇਤੀ ਤੇ ਭਾਸ਼ੀ ਬਿੱਲਾਂ ਤੇ ਸਟੈਂਡ ਲੈਣ ਦੀ ਕੀਤੀ ਛਲਾਂਗਾ ਜੰਮੂ ਕੁਸ਼ਵੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਨੈਸ਼ਨਲ ਕਾਨਫਰੰਸ ਦੇ ਉੱਗੇ ਆਗੂ ਡਾਕਟਰ ਫਾਰੂਕ ਅਬਦੁੱਲਾ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿਸਾਨਾਂ ਅਤੇ ਜੰਮੂ ਕਸ਼ਮੀਰ ਵਿੱਚ ਪੰਜਾਬੀ ਬਾਰੇ ਲਾਇਗ ਸਟੈਂਡ ਦੀ ਛਲਾਂਗਾ ਕੀਤੀ ਡਾਕਟਰ ਅਬਦੁੱਲਾ ਨੇ ਅਕਾਲੀ ਦਲ ਦੇ ਮੁਖੀ ਸਰਦਾਰ ਸੁਖਬੀਰ ਬਾਦਲ ਨਾਲ ਗੱਲਬਾਤ ਕੀਤੀ ਤੇ ਸ਼ਰੋਮਣੀ ਅਕਾਲੀ ਦਲ ਵੱਲੋਂ ਦੋ ਨਾਂ ਮਾਮਲਿਆਂ ਤੇ ਲਾਇਗ ਗੇ ਦਿਲ ਦਲੇਰਾਨਾ ਅਤੇ ਸਿਧਾਂਤਕ ਸਟੈਂਡ ਦੀ ਛਲਾਂਗਾ ਕੀਤੀ ਤੇ ਕਿਹਾ ਕਿ ਅਜਿਹਾ ਕਰਦਿਆਂ ਨਾ ਤਾਂ ਤੁਸੀਂ ਆਪਣੀ ਪਾਰਟੀ ਦੀ ਸ਼ਾਨਮੰਤੀ ਵਿਰਸੇ ਤੇ ਚੱਲੇ ਵੱਲ ਕਿ ਤੁਸੀਂ ਕਿਸਾਨਾਂ ਤੇ ਦੇਸ਼ ਦੇ ਵਿੱਚ ਸਮਾਜ ਅਤੇ ਹੋਰ ਕਸੂਤੇ ਵਾਸੇ ਵਰਗਾਂ ਦੇ ਲਈ ਇੱਕ ਆਸ ਦੀ ਕਿਰਨ ਪੈਦਾ ਕੀਤੀ ਹੈ ਮੋਦੀ ਕਹਿੰਦੇ ਕਰੋਨਾ ਸੰਕਟ ਵਿੱਚੋਂ ਕੱਢਣ ਲਈ ਦੁਨੀਆ ਦੀ ਮਦਦ ਕਰੇਗਾ ਭਾਰਤ ਉवैच्छੀ ਦਾ ਤੰਝ ਪਹਿਲਾਂ ਆਪਣੇ ਘਰ ਦਾ ਚਿਰਾਗ ਬਾਅਦ ਚ ਸੋ ਵੱਡੀ ਖਬਰ ਹੈ ਜੀ ਘੁੱਸ ਪੈਠੀ ਸਮੇਤ ਅਨੇਕਾਂ ਮੁੱਦਿਆਂ ਤੇ ਲੈ ਕੇ ਮੋਦੀ ਸਰਕਾਰ ਉੱਪਰ ਲਗਾਤਾਰ ਸਵਾਲ ਦਾਗਣ ਵਾਲੇ ਏ ਆਈ ਐਮ ਈ ਐਮ ਦੇ ਪ੍ਰਧਾਨ ਹైదరాబాద్ ਤੋਂ ਮੈਂਬਰ ਪਾਰਲੀਮੈਂਟ ਅਵੈਸੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉੱਪਰ ਤੰਜ ਕੱਸਦੇ ਹੋਏ ਪੀਐਮ ਮੋਦੀ ਨੇ ਸੰਯੁਕਤ ਰਾਸ਼ਟਰ ਵਿੱਚ ਦਿੱਤੇ ਸੰਬੋਧਨ ਨੂੰ ਲੈ ਕੇ ਅਵੈਸੀ ਨੇ ਸਵਾਲ ਕੀਤਾ ਉਹਨਾਂ ਨੇ ਪ੍ਰਧਾਨ ਮੰਤਰੀ ਦਫ਼ਤਰ ਨੂੰ ਟੈਗ ਕਰਦੇ ਹੋਏ ਪੁੱਛਿਆ ਕਿ ਤੁਹਾਡੀ ਹਕੂਮਤ 80000 ਕਰੋੜ ਰੁਪਏ ਦਾ ਇੰਤਜ਼ਾਮ ਕਰੇਗੀ ਮੈਂਬਰ ਪਾਰਲੀਮੈਂਟ ਅਵੈਸੀ ਪੀਓ ਮ ਨੂੰ ਟੈਗ ਕਰਦੇ ਹੋਏ ਸ਼ਨੀਚਰਵਾਰ ਨੂੰ ਟਵੀਟ ਜਿਹੇ ਚਲੇਗਾ ਸਰ ਤੁਹਾਡੀ ਹਕੂਮਤ 80000 ਕਰੋੜ ਰੁਪਏ ਦਾ ਇੰਤਜ਼ਾਮ ਕਰੇਗੀ ਸਰ ਥਾਲੀ ਤਾਲੀ ਲਾਈਟ ਬੰਦ 21 ਦਿਨ 9093780 ਮੌਤਾਂ ਪਹਿਲਾ ਘਰ ਦੇ ਵਿੱਚ ਚਿਰਾਗ ਬਾਦ ਦੇ ਵਿੱਚ ਸੋ ਪ੍ਰਧਾਨ ਮੰਤਰੀ ਮੋਦੀ ਨੇ ਸ਼ਨੀਚਰਵਾਰ ਨੂੰ ਮਹਾਸਭਾ ਤੇ ਵਾਇਰਸ ਮਹਾਮਾਰੀ ਨੂੰ ਲੈ ਕੇ ਆਪਣੇ ਵਿਚਾਰ ਵਿੱਚ ਕਿਹਾ ਸੀ ਕਿ ਵਿਸ਼ਵ ਵਿੱਚ ਵੱਡੇ ਸਭ ਤੋਂ ਵੱਡੇ ਵੈਕਸੀਨ ਉਤਪਾਦਨ ਦੇਸ਼ ਦੇ ਤੌਰ ਤੇ ਅੱਜ ਮੈਂ ਵਿਸ਼ਵ ਦੇ ਭਾਈਚਾਰੇ ਨੂੰ ਇੱਕ ਹੋਰ ਭਰੋਸਾ ਦੇਣਾ ਚਾਹੁੰਦਾ ਹਾਂ ਕਿ ਭਾਰਤ ਵੈਕਸੀਨ ਉਤਪਾਦ ਅਤੇ ਵੈਕਸੀਨ ਆਪੂਰਤੀ ਦੇ ਲਈ ਪੂਰੀ ਮਾਨਵਤਾ ਦੇ ਲਈ ਇਸ ਸੰਕਟ ਤੋਂ ਬਾਹਰ ਨਿਕਲਣ ਦੇ ਲਈ ਕੰਮ ਕਰ ਰਿਹਾ ਹੈ। ਅਫਰੀਕੀ ਦੇਸ਼ਾਂ 'ਚ ਫਸੇ ਨੌਜਵਾਨਾਂ ਨੇ ਵੀਡੀਓ ਜਾਰੀ ਕਰਕੇ ਲਾਈਵ ਮਦਦ ਦੀ गुहार ਅਫਰੀਕੀ ਦੇਸ਼ ਘਾਨਾ ਦੇ ਸ਼ਹਿਰ ਆਖਰਾ ਦੇ ਵਿੱਚ ਫਸੇ ਜਲੰਧਰ ਦੇ ਤਿੰਨ ਨੌਜਵਾਨਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਉਹਨਾਂ ਨੂੰ ਭਾਰਤ ਵਾਪਸ ਲਿਆਉਣ ਦੀ ਗੁਹਾਰ ਲਾਈ ਹੈ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇਹਨਾਂ ਨੌਜਵਾਨਾਂ ਦੀ ਵੀਡੀਓ ਵਿੱਚ ਜਲੰਧਰ ਦੇ ਜਸ਼ਮੇਰ ਖਾਸ ਥਾਣਾ ਸਦਰਵਾਸੀ ਜਗਤਾਰ ਸਿੰਘ ਉਰਫ ਤਾਰਾ ਨੇ ਵੀਡੀਓ ਵਿੱਚ ਕਿਹਾ ਕਿ ਇੱਕ ਸਾਲ 4 ਮਹੀਨੇ ਪਹਿਲਾਂ ਥਾਣਾ ਕੈਂਟ ਦੇ ਤੀਨਾ ਟਰੈਵਲ ਏਜੰਟ ਪੀਟਰ ਨੂੰ ਪੁਰਤਗਾਲ ਜਾਣ ਦੇ ਲਈ 12-12 ਲੱਖ ਰੁਪਏ ਦਿੱਤੇ ਸਨ ਪੀਟਰ ਨੇ ਕਿਹਾ ਕਿ ਉਹ ਪਹਿਲਾਂ ਅਫਰੀਕਾ ਵੈਸਟ ਘਾਨਾ ਸ਼ਹਿਰ ਚੋਂ ਆਖਰ ਭੇਜੇਗਾ ਜਿੱਥੋਂ ਉਹ ਅੱਗੇ ਪੁਰਤਗਾਲ ਭੇਜਿਆ ਜਾਵੇਗਾ ਪਰ ਇਸ ਤੋਂ ਬਾਅਦ ਉਹਨਾਂ ਨੂੰ ਕਿਤੇ ਨਹੀਂ ਭੇਜਿਆ ਗਿਆ ਉਹਨਾਂ ਨੇ ਦੱਸਿਆ ਹੁਣ ਉਹਨਾਂ ਕੋਲੇ ਪੈਸੇ ਖਤਮ ਹੋ ਚੁੱਕੇ ਹਨ ਉਹਨਾਂ ਦੇ ਪਾਸਪੋਰਟ ਅਖਾਰਾ ਵਿੱਚ ਰਹਿਣ ਵਾਲੇ ਮਕਾਨ ਮਾਲਕਾਂ ਨੇ ਜ਼ਬਤ ਕਰ ਲਏ ਹਨ ਪੀੜਤ ਨੌਜਵਾਨਾਂ ਨੇ ਦੱਸਿਆ ਕਿ ਮਕਾਨ ਮਾਲਕਾਂ ਨੇ 15 ਦਿਨ ਦਾ ਸਮਾਂ ਦਿੰਦਿਆਂ 300 ਡਾਲਰ ਕਿਰਾਇਆ ਲੈਣ ਦੇ ਲਈ ਕਿਹਾ ਨਹੀਂ ਤਾਂ ਉਹਨਾਂ ਨੂੰ ਪੁਲਿਸ ਦੇ ਹਵਾਲੇ ਕਰਨ ਦੀ ਧਮਕੀ ਕੀਤੀ ਹੈ ਪੂਰਬੀ ਲਦਾਖ ਵਿੱਚ ਮੌਸਮ ਤੇ ਚੀਨ ਦਾ ਸਾਹਮਣਾ ਕਰਨ ਲਈ ਤਿਆਰ ਹੈ ਫੌਜ ਪੂਰਬੀ ਲਦਾਖ ਦੇ ਵਿੱਚ ਸਰਦੀਆਂ ਦੇ ਮੌਸਮ ਵਿੱਚ 0 ਤੋਂ ਹੇਠਾਂ 40 ਤੋਂ 50 ਡਿਗਰੀ ਤਾਪਮਾਨ ਵਿੱਚ ਚੀਨ ਦੇ ਨਾਲ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨ ਲਈ ਭਾਰਤੀ ਫੌਜ ਨੇ ਪੂਰੀ ਤਿਆਰੀ ਕਰ ਲਈ ਹੈ 14500 ਫੁੱਟ ਦੀ ਉਚਾਈ ਤੇ ਦੁਨੀਆ ਦੇ ਸਭ ਤੋਂ ਉੱਚੇ ਜੰਗੀ ਮੈਦਾਨ ਵਿੱਚ ਭਾਰਤੀ ਫੌਜ ਮੌਸਮ ਅਤੇ ਚੀਨ ਦੋਵਾਂ ਨੂੰ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਸਮਰੱਥ ਟੈਂਕ ਤੋਂ ਲੈ ਕੇ ਤੋਫਕਾਂ ਨਾਲ ਗੋਲਾ ਬਰੂਧ ਸਮੇਤ ਹੋਰ ਜੰਗੀ ਸਮੱਗਰੀ ਨੂੰ ਪਹਿਲਾਂ ਹੀ ਲਦਾਖ ਮੋਰਚੇ ਤੇ ਪਹੁੰਚਾਇਆ ਜਾ ਚੁੱਕਾ ਹੈ ਕਿਸਾਨਾਂ ਦੀ ਖੁਸ਼ਹਾਲੀ ਨਾਲ ਮਜ਼ਬੂਤ ਹੋਵੇਗੀ ਆਤਮ ਨਿਰਪਰ ਭਾਰਤ ਦੀ ਨੀ ਮੋਦੀ ਕਿਸਾਨ ਦੇਸ਼ ਤੇ ਖੇਤੀਬਾੜੀ ਖੇਤਰ ਦੇ ਵਿੱਚ ਆਤਮ ਨਿਰਪਰ ਭਾਰਤ ਦੇ ਦੱਸਦੇ ਹੋਏ ਇਹ ਜਿੰਨੇ ਮਜ਼ਬੂਤ ਹੋਣਗੇ ਆਤਮ ਨਿਰਪਰ ਭਾਰਤ ਦੀ ਨੀਂਹ ਵੀ ਉਨੀ ਮਜ਼ਬੂਤ ਹੋਵੇਗੀ ਆਕਾਸ਼वाणी ਤੇ ਦੇਸ਼ਵਾਸੀਆਂ ਨਾਲ ਰੇਡੀਓ ਪ੍ਰੋਗਰਾਮ ਮੰਦ ਕੀ ਬਾਤ ਵਿੱਚ 69ਵੀਂ ਕੜੀ ਵਿੱਚ ਆਪਣੇ ਵਿਚਾਰ ਰੱਖਦੇ ਹੋਏ ਮੋਦੀ ਨੇ ਕਿਹਾ ਕਿ ਸੰਸਦ ਤੋਂ ਪਾਸ 33 ਸੁਧਾਰ ਬਿੱਲਾਂ ਦੇ ਪਾਸ ਹੋਣ ਤੋਂ ਬਾਅਦ ਦੇਸ਼ ਭਰ ਦੇ ਕਿਸਾਨਾਂ ਨੂੰ ਹੁਣ ਉਹਨਾਂ ਦੀ ਇੱਛਾ ਦੇ ਮੁਤਾਬਕ ਜਿੱਥੇ ਜ਼ਿਆਦਾ ਮੁੱਲ ਮਿਲੇ ਉੱਥੇ ਵੇਚਣ ਦੀ ਆਜ਼ਾਦੀ ਮਿਲ ਗਈ ਹੈ ਸ਼ੀਦੇ ਆਜ਼ਮ ਭਗਤ ਸਿੰਘ ਸ਼ੀਦੇ ਆਜ਼ਮ ਦੇ ਜਨਮ ਦਿਵਸ ਮੌਕੇ ਕਿਸਾਨ ਵਿਰੋਧੀ ਨੀਤੀਆਂ ਦੇ ਖਿਲਾਫ ਲੰਬੀ ਲੜਾਈ ਦੀ ਸ਼ੁਰੂਆਤ ਚੰਨੀ ਅਰੋੜਾ ਨੇ ਵੱਡਾ ਬਿਆਨ ਦਿੱਤਾ ਹੈ ਜੀ ਭਗਵਾਨਪੁਰ ਚੂ ਔਰਤ ਦੇ ਸੋਨੇ ਦੀਆਂ ਵਾਲੀਆਂ ਖੋ ਕੇ ਲੁਟੇਰੇ ਹੋਏ ਫਰਾਰ ਦਿਨ ਵੇਲੇ ਦੀ ਘਟਨਾ ਹੈ ਜੀ ਪੁਲਾਥ ਦੇ ਨਜ਼ਦੀਕ ਪਿੰਡ ਬਾਗਵਾਨਪੁਰਾ ਵਿਖੇ ਘਰ ਦੇ ਬਾਹਰ ਖੜੀ ਬਜ਼ੁਰਗ ਔਰਤ ਦੇ ਕੰਨਾਂ ਵਿੱਚ ਪਾਈਆਂ ਸੋਨੇ ਦੀਆਂ ਵਾਲੀਆਂ ਲੁਟੇਰੇ ਖੋ ਕੇ ਫਰਾਰ ਹੋ ਗਏ ਹਨ ਮੰਡੀ ਬੋਰਡ ਨੇ ਝੋਨੇ ਦੀ ਖਰੀਦ ਸਬੰਧੀ ਵਿਸ਼ੇਸ਼ ਕੰਟਰੋਲ ਰੂਮ ਕੀਤਾ ਸਟਾਫਟ ਫਸਲ ਲਿਆਉਣ ਦੇ ਲਈ ਕਿਸਾਨਾਂ ਨੂੰ ਜਾਰੀ ਕੀਤੇ ਪਾਸੋ ਵੱਡੀ ਖਬਰ ਆ ਜੀ ਕਿਸਾਨ ਵੀਰਾਂ ਨੂੰ ਹੁਣ ਪਾਸ ਮਿਲਣਗੇ ਤਾਂ ਜੋ ਉਹ ਮੰਡੀਆਂ ਦੇ ਵਿੱਚ ਮੰਡੀ ਬੋਰਡ ਵੱਲੋਂ ਮੰਡੀਆਂ ਵਿੱਚ ਝੋਨੇ ਦੀ ਫਸਲ ਪੜਾਵਾਰ ਢੰਗ ਨਾਲ ਲਿਆਉਣ ਦੇ ਲਈ ਪਾਸ ਜਿਹੜੇ ਜਾਰੀ ਕੀਤੇ ਗਏ ਹਨ ਵਾਹ ਨਹੀਂ ਸਰਕਾਰੀ 11 ਸਾਲਾਂ ਚੋਂ ਵੀ ਨਹੀਂ ਪੂਰਾ ਹੋ ਸਕਿਆ ਸ਼ਹੀਦ ਦੇ ਆਜਮ ਭਗਤ ਸਿੰਘ ਦਾ ਯਾਦਗਾਰੀ ਸਮਾਰਕ ਦਾ ਕੰਮ ਸੋ ਵੱਡਾ ਜਿਹੜਾ ਸਰਕਾਰਾਂ ਦੀ ਨਾਕਾਮਯਾਬੀ ਦਿਖ ਰਹੀ ਹੈ ਕਿ ਭਗਤ ਸਿੰਘ ਦੇ ਨਗਰ ਜੱਦੀ ਪਿੰਡ ਖਟਕੜ ਕਲਾਂ ਵਿੱਚ ਸ਼ਹੀਦੀ ਯਾਦ ਦਾ ਸਮਾਰਕ ਤਾਂ ਬਣਾ ਦਿੱਤਾ ਪਰ ਕੇਂਦਰ ਦੀ ਭਾਜਪਾ ਤੇ ਸੂਬੇ ਦੀ ਕਾਂਗਰਸ ਸਰਕਾਰ ਦੀ ਲਾਪਰਵਾਹੀ ਕਾਰਨ 11.5 ਸਾਲ ਪੂਰੇ ਹੋਣ ਤੋਂ ਵੀ ਵਿਆਦ ਇਸ ਦੇ ਪਹਿਲੇ ਪੜਾ ਦਾ ਕੰਮ ਪੂਰਾ ਨਹੀਂ ਹੋ ਸਕਿਆ ਸ਼ਹੀਦ ਦੇ ਸਮਾਰਕ ਨੂੰ ਨੇਪੜੇ ਚਾਨ ਤੋਂ ਦਿਖਾਈ ਜਾ ਰਹੀ ਢਿੱਲੀਗਰ ਗੁਜ਼ਾਰੀ ਆਪ ਹੀ ਸ਼ਹੀਦਾਂ ਦੇ ਸਨਮਾਨ ਦੀ ਸਥਿਤੀ ਬਿਆਨ ਕਰਦੀ ਹੈ ਸੋ 18 ਕਰੋੜ ਰੁਪਏ ਦੀ ਲਾਗਤ ਦੇ ਨਾਲ ਇਹ ਸਮਾਰਕ ਤੇ ਮਿਊਜ਼ੀਅਮ 8 ਸਾਲ ਦੇ ਲੰਮੇ ਸਮੇਂ ਤੋਂ ਬਾਅਦ ਤਿਆਰ ਹੋਇਆ ਸੋ ਦੋਸਤੋ ਪਰ ਹਲੇ ਤੱਕ ਇਸ ਦੇ ਤਿੰਨ ਹਿੱਸੇ ਬਾਕੀ ਪਏ ਹਨ ਵੀਡੀਓ ਦੇਖਣ ਦੇ ਲਈ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਤੁਹਾਡਾ ਧੰਨਵਾਦ